ਆਪ ਹੀ ਲੈ ਮੇਰਾ ਤੇ ਖਾਣ ਨੂੰ ਆ ਗਿਆ। ਜੇ ਤੁਸੀਂ ਹੁਣ ਤੋਂ ਕੁਛ ਵਧੀਆ ਵਲੋਗ ਦੇਖਣੇ ਇਸ ਚੈਨਲ ਤੇ ਸਬਸਕ੍ਰਾਈਬ ਬਿਕੋਜ਼ ਮੈਂ ਆ ਗਿਆ ਵਾਪਸ ਤੋਂ ਆ ਗਿਆ ਉਹਨੇ ਤੇ ਜੋ ਪੈਣੀ ਹੈ ਨਾ ਦੋ ਸਾਲ ਬਾਅਦ ਜੀ ਮੈਂ ਆਪਣੀ ਭੈਣ ਨੂੰ ਦੋ ਸਾਲ ਬਾਅਦ ਮਿਲਿਆ ਭਾਜੀ ਨੂੰ ਵੀ ਡੇਢ ਦੋ ਸਾਲ ਬਾਅਦ ਹੀ ਮਿਲਦੇ ਹਨ ਇੱਕ ਸਾਲ ਸੱਤ ਮਹੀਨੇ ਤਿੰਨ ਚਾਰ ਬਾਅਦ ਹਾਂ ਜੋ ਵੀ ਐਕਸ ਵਾਈ ਜੈਡ ਬਾਅਦ ਮਿਲਣ ਚੰਨਾ ਆਪਣਾ ਰੋਜ਼ ਫੋਨ 'ਤੇ ਗੱਲ ਕਰਦੇ ਹਾਂ ਲੱਗਣੀ ਇੰਨੇ ਟਾਈਮ ਬਾਅਦ ਮਿਲਦੇ ਹਾਂ ਸੱਚ ਮੈਨੂੰ ਲੱਗਣ ਲੱਗੇ ਜਾਂ ਤਾਂ ਨਹੀਂ ਦਿਆ ਪਰ ਇਹ ਜੇ ਕਹਿ ਦਿੰਦੇ ਮੈਂ ਮੰਨ ਲੈਂਦਾ ਵੈਸੇ ਸਭ ਤੋਂ ਮੇਨ ਗੱਲ ਘਰੇ ਵੀ ਫੋਨ ਕਰਕੇ ਦੱਸਿਆ ਇੰਡੀਆ 'ਚ ਬਾਈਕ ਚਲਾਉਣਾ ਸਪਲੈਂਡਰ ਜਾਂ ਹੋਰਨੈਟ ਸਾਡੇ ਕੋਲ ਸੀ ਨਾ ਜੋ ਦੋਵਾਂ ਕੋਲ ਇਹਦੇ ਜਦੋਂ ਚਲਾਉਣਾ ਇਹਨਾਂ ਦਾ ਮਾਰਕੀਟ ਪੂਸੀ ਜੀ ਪਿੱਛੇ ਹੋਣਾ ਕਹਿੰਦਾ ਚਲਾ ਆ ਵੇਖੋ ਬੈਠਾ ਫਸ ਗਿਆ ਸੀ ਹੁਣ ਨਹੀਂ ਕਹਿ ਸਕਦਾ ਹੁਣ ਮੈਂ ਨਹੀਂ ਕਹਿ ਸਕਦਾ ਕਿਉਂਕਿ ਬ੍ਰੈਂਪਟਨ ਦਾ ਲਾਇਸੈਂਸ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਬ੍ਰਿਟਿਸ਼ ਕੋਲੰਬੀਆ ਲਾਇਸੈਂਸ ਹੈ ਉਹ ਮੇਰਾ ਇੱਥੇ ਕੰਮ ਨਹੀਂ ਕਰਦਾ ਅਤੇ ਆਹ ਵੀਰ ਜੀ ਬੈਠੇ ਨਹੀਂ ਹੈ ਮੇਰੇ ਕੋਲ ਇੰਡੀਅਨ ਲਾਇਸੈਂਸ ਸੀ ਮੇਰੇ ਕੋਲ ਇੰਡੀਅਨ ਹੀ ਇੰਡੀਅਨ ਵੀ ਨਹੀਂ ਹੈਗਾ ਉੱਥੇ ਪਰ ਮੇਰਾ ਇੰਡੀਅਨ ਚੱਲਦਾ ਹੈ ਇੰਡੀਅਨ ਮੇਰਾ ਉੱਥੇ ਲਾਇਸੈਂਸ ਚੱਲਦਾ ਇੱਥੇ ਆ ਵੇਖੋ ਬੈਠੇ ਨੇ ਚਲਾਈ ਜਾਂਦੇ ਨੇ ਹੁਣ ਚਾਰ ਪੰਜ ਦਿਨ ਜਿੰਨਾ ਟਾਈਮ ਹੈਗਾ ਕੋਈ ਗੱਡੀ ਚਲਾਉਣ ਦੀ ਟੈਨਸ਼ਨ ਨਹੀਂ ਆਪੇ ਚਲਾਈ ਜੂਗੇ ਨਜ਼ਾਰੇ ਨਾਲ ਆਹ ਗੱਲ ਨਜ਼ਾਰਾ ਅਤੇ ਰਾਤ ਦੇ ਵੱਜ ਕੇ ਰਾਤ ਨਹੀਂ ਆਹ ਦੇ ਟੈਰਿਸ ਰਾਤ ਦੇ 12-13 ਹੋ ਗਏ 12-13 ਹੋ ਗਏ ਅਤੇ ਹੁਣ ਆਪਾਂ ਨੂੰ ਇੱਕ ਛੋਟਾ ਜਿਹਾ ਕੰਮ ਹੈ ਫਿਰ ਭੁੱਖ ਲੱਗੀ ਕੁਛ ਖਾ ਕੇ 12 ਵਜੇ ਜੇ ਕੁਛ ਮਿਲ ਗਿਆ ਅਤੇ ਉੱਥੇ ਕੁਛ ਖਾ ਕੇ ਫਿਰ 2-3 ਵਜੇ ਸੌ ਜਾਗੇ ਕੀ ਮੇਰੀ ਗੱਲ ਸੁਣ ਠੀਕ ਆਹ ਮੇਰਾ ਉੱਥੇ ਖਾਣ ਲੈ ਆਹ ਅਜੇ ਹੋਰ ਵੀ ਕਹਿੰਦਾ ਹੈਗਾ ਬੈਗ ਦੇ ਪਿੱਛੇ ਆ ਟੋਰਾਂਟੋ ਆ ਗਏ ਬਾਬਾ ਇੱਡੀ ਦੀ ਗੱਲ ਕਰਦੇ ਉਹ ਵਾਈਟ ਵਾਲੀ ਬਿਲਡਿੰਗ ਨਾ ਉਹ 19 ਲਾਸਟ ਏ ਤੇ ਗੱਲਾਂ ਹੀ ਦੂਰ ਦੀਆਂ ਟੋਰਾਂਟੋ ਯਾਰ ਇਹ ਗੱਲਾਂ ਸੋਹਣਾ ਲੱਗਦਾ ਸਾਡੇ ਉੱਥੇ ਹਰਿਆਲੀ ਆ ਆਹ ਚੀਜ਼ਾਂ ਨਹੀਂ ਆ ਬਟ ਇੱਥੇ ਸਾਰੇ ਬਿਲਡਿੰਗ ਸੀ ਨੇ ਡਿਵੈਲਪ ਆਹ ਡਿਵੈਲਪਡ ਏ ਸਾਡਾ ਡਿਵੈਲਪਿੰਗ ਏਰੀਆ ਸਾਡਾ ਡਿਵੈਲਪਿੰਗ ਏਰੀਆ ਤਾਂ ਕਰਕੇ ਉੱਥੇ ਕੰਮ ਵੀ ਬਹੁਤ ਹੈ ਤੁਹਾਡਾ ਡਿਵੈਲਪਡ ਹੋ ਚੁੱਕੇ ਤੁਹਾਡੇ ਕੰਮ ਲੈ ਕੇ ਜਾਵਾਂਗੇ ਜੋ ਮੈਂ ਗੱਲ ਕੀ ਉਹ ਤਾਂ ਜਵਾਬ ਦਿੰਦਾ ਤੁਹਾਡੇ ਤੇ ਕੰਮ ਹੈ ਨਹੀਂ ਸਾਡੇ ਤੇ ਕੰਮ ਤੇ ਹੈਗਾ ਐਸ਼ ਤੇ ਆ ਨਾ ਹੈ ਬੰਦਾ ਕਹਿਣ ਦਾ ਆਂਦਾ ਕੰਮ ਸੇ ਐਸ਼ ਕਰ ਪਰ ਯਾਰ ਹਾਂ ਮਤਲਬ ਠੀਕ ਹੈ ਜੇ ਵੇਖਿਆ ਮੈਂ ਉਦਾਂ ਵੇਖਿਆ ਕਿ ਜਿੱਥੇ ਵੀ ਜਾਓ ਸਾਡੇ ਤੋਂ ਯਾਰ ਸਾਡੇ ਤੇ ਟੈਰਿਸ 'ਚ ਬੰਦਾ ਵੀ ਪੰਜਾਬੀ ਬੰਦਾ ਵੀ ਮਿਲ ਰਿਹਾ 500-600 ਹੋਣਾ ਲਾਸਟ ਅਤੇ ਮੈਂ ਕੱਲ੍ਹ ਨਾ ਤੂੰ ਉਹ ਛੱਡ ਸਭ ਤੋਂ ਵੱਡੀ ਗੱਲ ਦੱਸਾਂ ਵੰਡਰਲੈਂਡ ਦੇ ਅੰਦਰ ਘੱਟੋ ਨਾ ਘੱਟੋ ਘੱਟ 40-50 ਹਜ਼ਾਰ ਜਨਤਾ ਨਹੀਂ ਚੱਲ ਉਹ ਵੀ ਨਹੀਂ ਤੂੰ 20,000 ਹੀ ਲਾ ਲੈ ਟੈਰਿਸ ਨਹੀਂ ਵੱਧ ਹੀ 15,000 ਤੂੰ ਸਵੀਮਿੰਗ ਪੂਲ ਚੜੇ ਉਹਨਾਂ ਦੇ ਉਹ ਬਾਬਾ ਬਾਹਲਾ ਘੈਂਟ ਸੀ ਉੱਥੇ ਆ ਵੀ ਠੀਕ ਹੈ ਇੰਨਾ ਵੀ ਮਾੜਾ ਨਹੀਂ ਸਾਡਾ ਟੈਰਿਸ ਬਾਬਾ
ਬ੍ਰੈਂਪਟਨ ਆ ਗਿਆ ਤੇ ਹੁਣ ਕੁਛ ਕੁ ਦੋਸਤਾਂ ਨੇ ਵੀ ਮਿਲਣਾ ਤੇ ਕੱਲ ਆਪਾਂ ਜਾਣਾ ਬ੍ਰੈਮਲੀ ਬ੍ਰੈਮਲੀ ਸਿਟੀ ਸੈਂਟਰ ਬ੍ਰੈਮਲੀ ਸਿਟੀ ਸੈਂਟਰ ਸਕੇਅਰ ਵਨ ਪੋਰਟ ਕ੍ਰੈਡਿਟ ਤੇ ਜੇ ਸਵੇਰੇ ਛੇਤੀ ਉੱਠੇ ਗਏ ਛੇਤੀ ਜਾਵਾਂਗੇ ਜੋ ਕਿ ਮੇਰੇ ਤੋਂ ਤਿੰਨ ਚਾਰ ਮਹੀਨੇ ਤੋਂ ਨਹੀਂ ਉੱਠ ਹੋ ਰਿਹਾ ਤੇ ਬਟ ਟਰਾਈ ਮਾਈ ਬੈਸਟ ਵੇਖਾਂਗੇ ਕੀ ਹੁੰਦਾ ਸੋ ਹੈਲੋ ਐਵਰੀਵਨ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਹੋਪਸ ਤੁਸੀਂ ਸਾਰੇ ਕਰੈਕਟ ਹੋਵੋਗੇ ਅਤੇ ਉੱਠਣਾ ਸੀ 8 ਵਜੇ ਜਾਣਾ ਸੀ 11 ਵਜੇ ਅਤੇ ਪਤਾ ਨਹੀਂ ਕਿੱਥੇ ਕਿੱਥੇ ਹੋਣਾ ਸੀ ਇਸ ਟਾਈਮ 'ਤੇ ਸਾਡੇ ਹਿਸਾਬ ਨਾਲ ਰਾਤ ਨੂੰ ਉੱਤੇ ਅਤੇ ਉੱਠੇ ਅਸੀਂ 11 ਵਜੇ ਅਤੇ 12 ਵੱਜ ਚੁੱਕੇ ਨੇ 12 ਸਾਢੇ 12 ਮੈਂ ਸਿਰਫ ਪੱਗ ਹੀ ਬੰਨੀ ਮੈਂ ਅਜੇ ਕੱਪੜੇ ਚੇਂਜ ਕਰਨੇ ਆ ਅਤੇ ਜੋਗਿੰਦਰ ਵੀ ਅਜੇ ਪੱਗ ਬੰਨਣ ਦਿਆ ਅਤੇ ਮੇ ਵੀ ਜਿਸ ਹਿਸਾਬ ਨਾਲ ਅਸੀਂ ਚੱਲਣ ਦੇ 2 ਵਜੇ ਤੇ ਤੁਰਾਂਗੇ ਭੁੱਖ ਲੱਗੀ ਬਹੁਤ ਜ਼ਿਆਦਾ ਪਹਿਲਾਂ ਕੁਛ ਖਾਣ ਜਾਣਾ ਫਿਰ ਉਸ ਤੋਂ ਬਾਅਦ ਬ੍ਰੈਮਲੀ ਸਿਟੀ ਸੈਂਟਰ ਮੇ ਵੀ ਉੱਥੇ ਫਿਰ ਸਕੇਅਰ ਵਨ ਫਿਰ ਪੋਰਟ ਕ੍ਰੈਡਿਟ ਸ਼ਾਮ ਨੂੰ ਜਾਣਾ ਕਿਉਂਕਿ ਸ਼ਾਮ ਨੂੰ ਕਹਿੰਦੇ ਜ਼ਿਆਦਾ ਵਧੀਆ ਲੱਗਦਾ ਤਾਂ ਸ਼ਾਮ ਨੂੰ ਉੱਥੇ ਚੱਲਾਂਗੇ ਅੱਜ ਬੂਟ ਖੋਲਣ ਦਾ ਟਾਈਮ ਆ ਗਿਆ ਬਟ ਅੱਜ ਨਵੇਂ ਪਾ ਕੇ ਜਾਵਾਂਗੇ ਅੱਜ ਆਪਣੇ ਬੂਟ ਪਾ ਲਉਂਗੇ ਬੇਸਮੈਂਟ ਦਾ ਵੀ ਕੰਮ ਹੈ ਰਾਤੀ ਮੈਂ ਇੱਥੇ ਬੜੀ ਜਾਂਦਾ ਸੀਗਾ ਮੈਨੂੰ ਪਤਾ ਨਹੀਂ ਇੱਥੇ ਹੈ ਕੀ ਹੁਣ ਵੀ ਸਹੀ ਆ ਬੱਲੇ ਬੱਲੇ ਪੂਲ ਵੀ ਹੈਗਾ ਇਹਨਾਂ ਦੇ ਇੱਥੇ ਅਪਾਰਟਮੈਂਟ 'ਚ ਨਾਈਸ ਚਲਾ ਗੱਡੀ ਡਰਾਈਵਰ ਆ ਚਲਾ ਮੌਸਮ ਬੜਾ ਵਧੀਆ ਆ ਪਿਆ ਹੁੰਮਸ ਹੋਈ ਵੀ ਬਟ ਠੀਕ ਹੈ ਬਹੁਤ ਜ਼ਿਆਦਾ ਗਰਮੀ ਵੀ ਨਹੀਂ ਗਿਆ ਅੱਜ ਜਦੋਂ ਇੰਡੀਆ ਆਉਣਾ ਆਪਾਂ ਅਤੇ ਸਵੇਰੇ 8 ਵਜੇ ਇੰਨੇ ਮੇਰੇ ਕੋਲ ਆ ਜਾਣਾ ਜਾਂ ਨਹੀਂ ਤਾਂ ਮੈਂ ਇਹਦੇ ਕੋਲ ਚੱਲ ਜਾਣਾ ਅਤੇ ਸਾਡੇ ਉੱਥੇ ਪੰਚਮੁਖੀ ਚੌਂਕ ਆਉਣਾ ਉੱਥੇ ਸਵੇਰੇ ਭਟੂਰੇ ਖਾਣ ਚੱਲਦੇ ਹਾਂ ਅਤੇ ਮੈਂ ਇੱਕ ਅੱਧੇ ਵਲੋਗ 'ਚ ਸ਼ਾਇਦ ਵਿਖਾਇਆ ਵੀ ਹੈ ਕਿ ਅਸੀਂ ਉੱਥੇ ਭਟੂਰੇ ਖਾਣ ਜਾਂਦੇ ਹੁੰਦੇ ਹਾਂ ਅਤੇ ਅੱਜ ਤਾਂ 2 ਸਾਲ ਹੋ ਗਏ ਇੱਥੇ ਉਹ ਤਾਂ ਗੱਲ ਸ਼ਾਇਦ ਨਾ ਹੀ ਬਣੇ ਪਰ ਸਵੇਰੇ ਸਵੇਰੇ ਭਟੂਰੇ ਖਾਣਾ ਇਜ਼ ਮਸਟ ਟੂਡੇ ਸਿਹਤ ਭੁੱਖੇ ਬੈਠੇ ਕਿ ਭਟੂਰੇ ਖਾਣੇ ਆ ਆਪਾਂ ਬਸ ਉਹਦੇ ਭਟੂਰੇ ਖਾਈ ਜਾ ਕੇ ਅਤੇ ਫਿਰ ਮੈਂ ਕੱਪੜੇ ਲੈਣੇ ਆ ਸ਼ਰਟ ਲੈਣੀ ਕਿਉਂਕਿ ਮੈਨੂੰ ਕੋਈ ਸਮਝ ਹੀ ਨਹੀਂ ਆਈ ਮੇਰੇ ਜਿਹੜੇ ਕੱਪੜੇ ਲੈ ਉਹਦੇ 'ਚ ਜਿਹੜੇ ਜੋ ਲੈ ਕੇ ਆਇਆ ਮੈਨੂੰ ਸਮਝ 'ਚ ਆਇਆ ਨਹੀਂ ਕੀ ਪਾਵਾਂ ਕੀ ਨਾ ਪਾਵਾਂ ਸੋ ਨਵੀਂ ਲਿੱਤੀ ਜਾਵੇ ਵੱਡੇ ਸ਼ਹਿਰਾਂ ਦੇ ਪੰਗੇ ਕਿਤੇ ਜਾਣਾ ਹੈ ਗੂਗਲ ਮੈਪ ਲਾਓ ਫਿਰ ਜਾਓ ਇੱਕ ਟੈਰਸ ਹੈ 4 ਗਲੀਆਂ ਦਾ ਸ਼ਹਿਰ ਹੈ ਜਿੱਥੇ ਮਰਜ਼ੀ ਬਿਨਾਂ ਮੈਪ ਹੀ ਜਾਈ ਤੈਨੂੰ ਆਹ ਭਟੂਰੇ ਵਧੀਆ ਲੱਗੇ ਇੱਥੇ ਹੀ ਮਿਲਦੇ ਨੇ ਅੱਛਾ ਆਹ ਕੀ ਵੀਰੇ ਹਲਵਾ ਹਲਵਾ ਵੀ ਤੂੰ ਦਿੰਦਾ ਵਾਹ ਕਿਆ ਬਾਤ ਆ ਹਾਂ ਆਲੂ ਤਾਂ ਹੁੰਦੇ ਨੇ ਠੀਕ ਹੈ ਸਹੀ ਖਾਣ ਤਾਂ ਹੁੰਦੇ ਖਾਤੇ ਨਹੀਂ ਉਹ ਖੁੱਲ ਜਾ ਵੇਖੋ ਓਹੋ ਕਿੰਨਾ ਸੋਹਣਾ ਲੱਗਣ ਦਿਆ ਵੇਖਣ 'ਚ ਭਟੂਰੇ ਤਾਂ ਸੀਗੇ ਐਨ ਐਵਰੇਜ 6-7% 10-6-7 ਲਾ ਲਓ ਜੋਗਿੰਦਰ ਸਿੰਘ ਖਾਣ ਬਾਬਾ ਚੱਲੇ ਖਾਓ ਵੀਰੇ ਮੋਰ ਤੋਂ ਖਿਲਰ ਜਾਣਾ ਹੁਣ ਆਪਾਂ ਚੱਲੇ ਹਾਂ ਕਿੱਥੇ ਚੱਲੇ ਹਾਂ ਬ੍ਰੈਮਲੀ ਸਿਟੀ ਸੈਂਟਰ ਆ ਮੇਰੀ ਟੀ ਸ਼ਰਟ ਹੈ ਨਾ ਆ ਮੈਂ ਟੀ ਸ਼ਰਟ ਤਾਂ ਪਾਈ ਕਿਉਂਕਿ ਮੈਂ ਚੇਂਜ ਕਰਨੀ ਮੈਂ ਨਵੀਂ ਬਾਏ ਕਰਨੀ ਤੇ ਫਿਰ ਪਾਉਂਗਾ ਨਵੀਂ ਜਿੱਪਾਂ ਬਹੁਤ ਨਾ ਤੁਹਾਡੇ ਇੱਥੇ ਆ
ਸਾਰੇ ਪੰਜਾਬੀ ਪੰਜਾਬੀ ਤੁਰੇ ਫਿਰਦੇ ਆਪਣੇ ਇੱਥੇ ਸਾਰੀ। ਮੈਨੂੰ ਆ ਇੱਕ ਸ਼ਰਟ 'ਚ ਸਮਝ ਆਈ ਅਤੇ ਹੁਣ ਅੱਜ ਦਾ ਦਿਨ ਤੇਰੇ ਦਿਨ ਨਿਕਲ ਗਈ, ਹੁਣ ਚੱਲਦੇ ਹਾਂ ਇੱਥੋਂ ਸਕੇਰਵਨ, ਸਕੇਰਵਨ ਤੋਂ ਥੋੜ੍ਹੇ ਹੋਰ ਕੱਪੜੇ ਲੈ ਲਈਏ। ਇੰਨਾ ਵੱਡਾ ਮੋਲ, ਇੱਧਰ ਵੀ ਸਾਈਡਾਂ, ਉੱਧਰ ਵੀ ਕੁਛ ਨਾ ਕੁਛ, ਥੱਲੇ ਥੱਲੇ ਜਿੰਮ ਹੈ, ਇਹਦੇ ਥੱਲੇ ਜਿੰਮ ਹੈ, ਬਾਕੀ ਅੱਗੇ ਹੁਣ ਪਤਾ ਨਹੀਂ ਕੀ ਕੁਛ ਹੈ। ਉਹ ਕੱਲ੍ਹ ਵਾਲੀ ਸੇਮ ਰੀਅਲ ਫਰੂਟ ਵਾਲੀ ਬਬਲ ਟੀ ਵਾਲੀ ਜੀ, ਉਹਨੇ ਇਕੱਲੀ ਮੈਂਗੋ ਵਾਲੀ ਪੀਓਗੇ ਨਾ, ਮੈਂਗੋ ਕੀ ਸੀ, ਮੈਂਗੋ ਮੈਂਗੋ ਸਮੂਥੀ ਵਿਦਆਊਟ ਬਬਲ, ਬਬਲ ਨਾ, ਬਬਲ ਦੇ ਬਾਹਲੇ ਬੇਕਾਰ ਦੇ ਲੱਗ ਜਾਣੇ, ਉੱਦਾਂ ਬਾਹਲੀ ਘੈਂਟ ਆ। ਆ ਵੀ ਕਿੰਨੇ ਵੀਡ ਚ ਸਾਊਂਡ ਕਰਦਾ ਪੈਣਾ ਮੈਂ ਬਿਲਡਿੰਗਾਂ ਨੂੰ ਵੇਖ ਕੇ, ਸਾਡੇ ਤਾਂ ਇੱਥੇ ਐਲਾਬਾਦ ਤੋਂ ਚੰਡੀਗੜ੍ਹ ਹੈਗੀਆਂ ਬਣ ਰਹੀਆਂ ਨੀ, ਫਿਰ ਵੀ ਐਲਾਬਾਦ ਤੋਂ ਨਿਕਲ ਕੇ ਤੂੰ ਐਡੀ ਬਿਲਡਿੰਗਾਂ ਚ, ਤੂੰ ਯਾਰ ਕਿਵੇਂ ਸੀ ਤੂੰ, ਚੌਵੀ ਘੰਟੇ ਹੀ ਬਰਾਂ ਪਿਆ ਨਾ ਸਾਡੇ ਤੇ। ਆ ਗਿਆ ਆਪਾਂ ਸਕੇਰਵਨ, ਸਕੇਰਵਨ ਸਕੇਰਵਨ ਯਾਰ ਬੋ ਸਹੇਲੀ ਨਾਲ ਲੜੀ ਜਾਂਦਾ ਉਹ ਫੋਟੋ ਵਿੱਚ। ਟਾਈਮ ਪਾਸ ਜਿਹਾ ਕਰਨ ਵਾਲਾ ਕਾਰਡ ਜਿਹਾ ਖਰੀਦ, ਆ ਕੀ ਆ ਡਿਸਪੈਂਸਰੀ ਕਾਰਡ, ਆ ਗਿਆ ਆ ਗਿਆ ਬੱਲੇ, ਆ ਕੀ ਆ ਚਾਹੀਦਾ ਆ ਕਾਰਡ ਜਿਹਾ ਕਰਨਾ ਹੋ ਗਿਆ। ਟਾਈਮ ਪਾਸ ਚਾਹੀਦਾ ਸੱਚੀ, ਬਾਹਲਾ ਸੀਰੀਅਸ ਹੋਇਆ ਮੈਂ ਤੁਹਾਡੇ ਦੇ ਵਿੱਚ। ਤੇਰੀਆਂ ਬੰਦੂਕਾਂ ਵੀ ਨੀ ਵੱਜਦੀਆਂ ਤੈਨੂੰ ਪਤਾ, ਸਾਰੀਆਂ ਬੰਦੂਕਾਂ ਵਿੱਚ ਉਹ ਬੰਦਾ ਬੰਦਾ ਬੰਦੇ ਮਾਰਨੇ ਸੀ। ਉਹ ਤੇ ਬਦਮਾਸ਼ ਟਾਈਮ ਪਾੜਾ ਯਾਰ ਤੂੰ, ਅੱਜ ਤੋਲੋ ਦਾ ਸਕੋਰ ਚੱਲਦਾ ਮੀਂਹ ਵਰਸੀ ਜਗਿੰਦਰ ਚੱਲ, ਇੱਕ ਤਾਂ ਭੱਜ ਰਹੀ ਨੀ ਤੇਜ਼ ਨਾ ਪਤਾ ਨੀ ਲੱਗਦਾ, ਉਹ ਤੇਰੀ ਆਪ ਹੀ ਆਪਦੀ ਗੁੱਲੀ ਆਪ ਚ ਹੀ ਚੱਲ, ਉਹ ਧੱਕੇ ਨਾਲ ਹੀ ਜਾ ਜਾਂਦੇ ਆਪ। ਸੱਤ ਰਨ ਤੋਂ ਜਿੱਤ ਗਿਆ, ਵੇਖ ਸਕਦੇ ਹੋ ਸੱਤ ਮੇਰੇ ਤਿੰਨ ਇਹਦੇ, ਸੱਤ ਮੇਰੇ ਹੈ ਹਾਰ ਗਿਆ, ਚਲੋ ਨਹੀਂ ਮੈਂ ਸੱਤ ਮੇਰੇ ਨੇ ਤੈਨੂੰ ਕੀ ਪਤਾ, ਸੋ ਮੈਂ ਜਿੱਤ ਗਿਆ, ਲੂਜ਼ਰ ਹੀ ਰਹੂੰਗਾ। ਸੋ ਇਹ ਚੀਟਿੰਗ ਤਾਂ ਬੀ ਗਿਆ ਸੀਗਾ, ਕਹਿੰਦਾ ਫੇਰ ਤੋਂ ਲਾਣੀ ਮੈਂ, ਚਲੋ ਚੱਲ ਯਾਰ ਆਪੇ ਆਪ ਜਾਂਦੀ ਨਾ ਗਲਤ ਆ, ਬਾਹਲਾ ਹੀ ਕੰਮ ਤਕੜਾ ਤੇਰਾ। ਅਸੀਂ ਉੱਥੇ ਸੀ, ਇੱਧਰ ਬਾਹਰ ਆਉਣਾ ਸੀ ਹੈਨਾ, ਉੱਥੇ ਸੀ ਉੱਧਰੋਂ ਬਾਹਰ ਆਉਣਾ ਸੀ, ਉੱਧਰੋਂ ਘੁੰਮ ਕੇ ਵੋਲਮਾਰਟ 'ਚ ਵੀ ਅੰਦਰ ਵੀ ਗਏ ਹਾਂ, ਪਰ ਉੱਧਰੋਂ ਘੁੰਮ ਕੇ ਪਿੱਛੇ ਆਏ ਹਾਂ, ਉੱਧਰ ਘੁੰਮ ਕੇ ਇੱਧਰ ਵਾਪਸ ਜਾ ਕੇ ਅਸੀਂ ਜਾਣਾ ਉੱਧਰ, ਉੱਧਰ ਸਿੱਧਾ ਵੀ ਆ ਸਕਦੇ, ਫਿਰ ਹੀ ਘੁੰਮ ਕੇ ਪਾਗਲ ਵਾਂਗੂ ਉੱਤੋਂ ਆਏ ਹਾਂ, ਵੇਖ ਲਓ ਹਾਲ ਸਾਡੇ।
ਉੱਤੋਂ ਮੌਸਮ ਵੇਖ ਲਓ ਕਿੱਡਾ ਘੈਂਟ ਹੈ। ਮੌਸਮ ਨੂੰ ਪਤਾ ਲੱਗ ਗਿਆ ਮੈਂ ਆ ਗਿਆ ਕਨੇਡਾ, ਹੁਣ ਵੇਖ ਕੇ ਲੱਗਦਾ ਮੈਕਸੀਕੋ ਦੇ ਬਾਰਡਰ 'ਤੇ ਰਹੀ ਜਾਂਦਾ, ਕੁਛ ਹੈ ਉਹ ਹੈ ਨਹੀਂ, ਉੱਦਾਂ ਹੀ ਬਸ ਚੱਲੀ ਜਾਂਦਾ। ਬਾਕੀ ਸੋਹਣਾ ਹੈ ਵੇਖਣ ਨੂੰ ਬਹੁਤ ਘੈਂਟ ਹੈ, ਪਰ ਤੁਹਾਡੇ ਉੱਥੇ ਗ੍ਰੀਨਰੀ ਨਹੀਂ ਹੈਗੀ, ਸਾਡੇ ਗ੍ਰੀਨਰੀ ਬਹੁਤ ਹੈ। ਹੁਣ ਅਸੀਂ ਚੱਲੇ ਹਾਂ ਪੋਰਟ ਕ੍ਰੈਡਿਟ, ਇੱਥੋਂ 9 ਕਿਲੋਮੀਟਰ ਹੀ ਹੈ ਬਸ, ਅਤੇ ਉੱਧਰ ਜਾ ਕੇ ਥੋੜ੍ਹਾ ਵੇਖ ਲਈ ਫੋਟੋ ਫੋਟੋ ਵਾਲਾ ਵੀ। ਲੈ ਵੀ ਪਹੁੰਚ ਗਏ ਆਪਾਂ ਪੋਰਟ ਕ੍ਰੈਡਿਟ ਦੀ ਪਾਰਕਿੰਗ, ਉਹ ਖਾਲੀ ਪਾਰਕਿੰਗ, ਅਤੇ ਇਹ ਮਾੜਾ ਮੋਟਾ ਹੈਗਾ ਸਾਡੇ ਪ੍ਰਿੰਸ ਰੂਪਟ ਵਰਗਾ, ਪੋਰਟ ਕ੍ਰੈਡਿਟ ਹੈਗਾ ਸਾਡੇ ਪ੍ਰਿੰਸ ਰੂਪਟ ਵਰਗਾ। ਲੇਕ, ਇੱਕ ਲੇਕ ਹੈਗੀ ਸਾਈਡ 'ਤੇ, ਅਤੇ ਉਹਦੇ 'ਚ ਫੁੱਲ ਬੂਟਿਆਂ ਵਾਲੇ ਦੁਕਾਨਾਂ ਲੱਗੀਆਂ, ਬਹੁਤ ਸੋਹਣਾ ਆ ਲੱਗਣ ਦੇ ਅੰਦਰੋਂ, ਉੱਥੇ ਵੀ ਜਾਵਾਂਗੇ। ਇਹ ਚੀਜ਼ਾਂ ਤੁਹਾਡੇ ਵਾਸਤੇ ਆਈ ਨੂੰ ਆਈਕੋਨਿਕ ਹੋਣੀਆਂ ਨਾ, ਉਹ ਇੱਧਰੋਂ ਨਹੀਂ ਜਾ ਸਕਦੇ ਉੱਧਰ, ਇਹ ਚੀਜ਼ਾਂ ਤੁਹਾਡੇ ਵਾਸਤੇ ਹੋਣੀਆਂ ਨਾ, ਪਰ ਇਹ ਸਾਡੇ ਲਕੈਲਸੇ ਲੇਕ ਅਤੇ ਪ੍ਰਿੰਸ ਰੂਪਟ 'ਚ ਤਾਂ ਹੈ ਹੀ, ਬਹੁਤ ਸੋਹਣਾ ਆ। ਚਲੋ ਕੋਈ ਚੀਜ਼ ਤਾਂ ਸਾਡੇ ਟੈਰਸ ਦੇ ਕੰਪੇਰੀਟਿਵਲੀ ਤੁਹਾਡੇ ਕੋਲ ਹੈ, ਨਹੀਂ ਤਾਂ ਤੁਹਾਡਾ ਟੋਰੰਟੋ ਇੱਧਰ ਵਧੀਆ ਹੈ, ਮੰਨ ਨਹੀਂ ਪੈਂਦਾ। ਸੋਹਣੀਆਂ ਬਣੀਆਂ ਇੱਥੇ ਦੀਆਂ, ਫੁੱਲ ਫੁੱਲ ਚੱਲਦੇ ਸੋਹਣੇ ਲੱਗਣ ਦੀਆਂ ਸਾਈਡ ਤੇ ਬਣੀ ਬਾਹਲੀ ਸੋਹਣੀ ਹੈਗੀ ਸਾਰਿਆਂ ਦੀ, ਸਾਰੇ ਪਾਸੇ ਬਣੀ ਆ। ਇੱਧਰਲੀ ਸਾਈਡ ਵੀ ਜਿਵੇਂ ਆਹ ਚੀਜ਼ ਬੜੀ ਸੋਹਣੀ ਬਣੀ ਹੋਈ ਇਹਨਾਂ ਦੀ, ਸਕੇਰਵਨ ਤੋਂ ਪੋਰਟ ਕ੍ਰੈਡਿਟ ਆ ਕੇ ਹੁਣ ਘੁੰਮ ਫਿਰ ਲਿਆ, ਸ਼ਾਮ ਦੇ ਵੱਜ ਗਏ 6:45 ਹੋ ਗਏ, ਹੁਣ ਵਾਸੀ ਘਰ ਨੂੰ ਚੱਲੇ ਹਾਂ। 40 ਕੁ ਮਿੰਟ ਲੱਗਣੇ ਘਰ ਦੇ, ਅਤੇ ਹੁਣ ਥੋੜ੍ਹੀ ਦੇਰ ਜਾ ਕੇ ਰੈਸਟ ਕਰ ਲਈ, ਕੱਲ੍ਹ ਵੀ 3-4 ਵਜੇ ਸੁੱਤੇ ਸੀਗੇ। ਆਹ ਏਰੀਆ ਬਹੁਤ ਸੋਹਣਾ, ਪੋਰਟ ਕ੍ਰੈਡਿਟ ਏਰੀਆ ਬਹੁਤ ਸੋਹਣਾ, ਟੋਰੋਂਟੋ ਵੀ ਆਪਣੇ ਵੱਲੋਂ ਬਹੁਤ ਸੋਹਣਾ, ਪਰ ਜਿਹੜਾ ਆਹ ਓਲਡ ਵਿੰਟੇਜ ਜਿਹੀ ਲੁੱਕ ਦਿੰਦਾ ਨਾ ਪੋਰਟ ਕ੍ਰੈਡਿਟ ਤੁਹਾਡਾ, ਉਹ ਬਾਹਲਾ ਘੈਂਟ ਹੈ। ਖਰਚਾ ਹੀ ਖਰਚਾ ਆ ਗਿਆ, ਇੱਕ ਦੇ ਭਾਗ ਆਏ ਸੀਗੇ ਤੇ 3 ਗਏ ਹੋ ਗਏ। ਜਗਿੰਦਰ ਜੀ ਠੀਕ ਹੋ ਤੁਸੀਂ? ਤਾਂ ਇਹ ਨਾ ਅਰਬਨ ਕਿਕਸ ਹੈ, ਅਤੇ ਬ੍ਰਹਮਟਨ ਵਾਲ ਨੂੰ ਮੈਂ ਵੀ ਪਤਾ ਹੋਵੇ, ਜਗਿੰਦਰ ਨੂੰ ਵੀ ਬਹੁਤ ਪਤਾ ਇਹਦਾ, ਨਾ ਇੱਕ ਇਨਫਲੂਐਂਸਰ ਕੰਮ ਕਰਦੀ ਹੈ, ਨਹੀਂ ਆਉਣਾ ਚਾਹੀਦਾ ਆਊਗਾ, ਠੀਕ ਹੈ, ਇੱਕ ਇਨਫਲੂਐਂਸਰ ਵਧੀਆ ਸੇਲ ਆਊਗਾ, ਇੱਕ ਇਨਫਲੂਐਂਸਰ ਕੰਮ ਦੇ ਰਹਾ ਹੋਊਗਾ, ਚੱਲ ਨਾਮ ਨਹੀਂ ਆਉਂਦਾ, ਇੱਕ ਇਨਫਲੂਐਂਸਰ ਕੰਮ ਕਰਦੀ ਹੈ ਇਹਦੇ 'ਤੇ। ਯਾਰ ਸਾਰਿਆਂ ਨੂੰ ਪਤਾ ਕਿਹੜੀ ਕੰਮ ਕਰਦੀ, ਨਹੀਂ ਨਹੀਂ ਕਰਦੀ, ਚਲੋ ਜੋ ਵੀ ਗੱਲ ਹੈਗੀ, ਠੀਕ ਹੈ ਵੀਰ ਜੀ, ਕੋਈ ਵੀ ਕੋਈ ਵਿਚਾਰਾ ਕੋਈ ਹੈ ਨਹੀਂ, $100 ਹੋਰ ਲੱਗ ਗਿਆ। ਚਲੋ ਇਹ ਵੀ ਟਰਾਈ ਕਰ ਲਈ ਕਿਵੇਂ ਜੀ, ਬਾਕੀ ਉਹ ਬਿਸਕੁਟ ਜੀ ਜਿਹੜਾ ਰਿਸ਼ਤੇਦਾਰਾਂ ਵਾਲੇ, ਰਿਸ਼ਤੇਦਾਰਾਂ ਵਾਲੇ ਬਿਸਕੁਟ ਵੀ ਪਏ ਨੇ ਉਹ ਘੈਂਟ, ਇਹਦਾ ਖਾਂਦਾ ਰਹਿੰਦਾ ਮੈਨੂੰ, ਮੈਂ ਇੱਕ ਪਨੀਰ ਵੀ ਲੈ ਕੇ ਆਇਆ, ਵਾਹ ਹੈ ਨਹੀਂ ਖਾ ਕੇ ਜ਼ਰੂਰ ਰੱਖੂੰਗਾ ਇੱਕ ਬਾਈਟ। ਆਲੂ ਵਾਲੀ ਪੇਟੀ ਤਾਂ ਘੈਂਟ ਹੈ ਸੀ, ਆ ਵੀ ਪੂਰੀ ਘੈਂਟ ਹੈ ਪੇਟੀ, ਵਾਹ ਨਹੀਂ ਪਰ ਖਾਵਾਂਗੇ ਜ਼ਰੂਰ। ਬਾਕੀ ਆਪਾਂ ਚੱਲੇ ਘਰ ਨੂੰ, ਆਪਣਾ ਡੇ ਐਂਡ ਹੋ ਗਿਆ ਤੁਹਾਡੇ ਹਿਸਾਬ ਨਾਲ, ਪਹਿਲਾ ਮੈਚ ਲਾਇਆ, ਪਹਿਲਾ ਮੈਚ ਹੀ ਜਿੱਤ ਗਿਆ ਵੇਖ ਲਓ, ਤਰੱਕੀ ਬਹੁਤ, ਉਹ ਸਮਝਾਉਂਦੇ ਹੁਣ ਮੈਨੂੰ, ਮੈਨੂੰ ਸਮਝ ਨਹੀਂ ਹੈ ਨਹੀਂ ਐਕਸਪੋ ਮਤਲਬ ਕੀ PS5 ਦੀ ਇਹਨਾਂ ਨਹੀਂ ਸੀ ਪਤਾ,
ਉਹ ਮੈਂ ਦੱਸਦਾ ਪਿਆ ਤਿਆਰ ਕਰ, ਉਹ ਆਖੋ ਪਿਆ ਥੱਲੇ ਚਿਕਿੰਦਰ ਆ ਰੁਮ ਰਹੇ ਸਾ ਗੱਲਬਾਤ। ਖੇਡਾਂ ਚਾਹ ਗਾਣੇ